ਸੰਘਰਸ਼ਸ਼ੀਲ ਆਗੂ ਪ੍ਰਿੰਸੀਪਲ ਜਸਪਾਲ ਸਿੰਘ ਅਲੋਰਾ ਦੀ ਸੇਵਾ ਮੁਕਤੀ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧੂਵਾਲ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਵਰਗ ਤੋਂ ਇਲਾਵਾ ਬਹੁਤ ਸਾਰੇ ਦੋਸਤਾਂ ਮਿੱਤਰਾਂ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਲ ਹੋਏ, ਜਿਨ੍ਹਾਂ ਵੱਲੋਂ ਪ੍ਰਿੰਸੀਪਲ ਜਸਪਾਲ ਸਿੰਘ ਨੂੰ ਤੋਹਫ਼ੇ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਆਪ ਨੇ ਬਤੌਰ ਲੈਕਚਰਾਰ ਪੋਲੀਟੀਕਲ ਸਾਇੰਸ ਗੱਜੂ ਮਾਜਰਾ ਤੋਂ 17 ਸਤੰਬਰ 1994 ਨੂੰ ਆਪਣਾ ਅਧਿਆਪਨ ਸਫ਼ਰ ਸ਼ੁਰੂ ਕੀਤਾ। ਇੱਥੇ ਇਹ ਵੀ ਵਰਣਨਯੋਗ ਹੈ ਕਿ ਲੈਕਚਰਾਰ ਦੀ ਇਹ ਨੌਕਰੀ ਆਪ ਲਈ ਕੋਈ ਥਾਲੀ ਵਿੱਚ ਪਰੋਸਿਆ ਲੱਡੂ ਨਹੀਂ ਸੀ। ਇਸ ਦੇ ਪਿੱਛੇ ਵੀ ਜਥੇਬੰਦਕ ਸੰਘਰਸ਼ ਦੇ ਇੱਕ ਦਲ ਨੂੰ ਝੰਜੋੜਨ ਵਾਲਾ ਇਤਿਹਾਸ ਹੈ, ਜਿਸ ਵਿੱਚ ਪ੍ਰਿੰਸੀਪਲ ਜਸਪਾਲ ਸਿੰਘ ਨੇ ਜੁਝਾਰੂ ਅਤੇ ਸੰਘਰਸ਼ਸ਼ੀਲ ਲੀਡਰ ਵਜੋਂ ਭੂਮਿਕਾ ਨਿਭਾਈ, ਜਿਸ ਕਾਰਨ ਉਹਨਾਂ ਨੇ ਜੇਲ੍ਹ ਵੀ ਕੱਟੀ। ਇਸੇ ਸੰਘਰਸ਼ ਦੌਰਾਨ ਆਪ ਨੇ ਮਰਨ ਵਰਤ ਰੱਖ ਕੇ ਯੂਨੀਅਨ ਦੇ ਸੰਘਰਸ਼ ਨੂੰ ਵਧੇਰੇ ਤੇਜ਼ ਕਰਦਿਆਂ ਸਿਖਰਾਂ 'ਤੇ ਪਹੁੰਚਾ ਦਿੱਤਾ। ਆਪ ਕੁੱਲ 27 ਸਾਲ 1 ਮਹੀਨੇ ਦੀ ਸ਼ਾਨਦਾਰ ਨੌਕਰੀ ਪੂਰੀ ਕਰ 31 ਮਾਰਚ 2024 ਨੂੰ ਸੇਵਾ ਮੁਕਤ ਹੋਈ। ਚੰਦ ਸਤਰਾਂ ਵਿੱਚ ਤੇਰੀਆਂ ਗੱਲਾਂ ਮੁੱਕਦੀਆਂ ਨੇ, ਸਿਫਤਾਂ ਕਰਦੀਆਂ ਰਹਿਣ ਜ਼ੁਬਾਨਾਂ ਰੁਕਦੀਆਂ ਨੇ। ਉਹ ਬੰਦੇ ਜੋ ਹੋਰਾਂ ਦਾ ਰਾਹ ਪੱਧਰਾ ਕਰਦੇ ਨੇ, ਦਾਤੇ ਦੇ ਦਰੋਂ ਦਾਤਾਂ ਉਹਨਾਂ ਲਈ ਲੁਕਦੀਆਂ ਨੇ। ਇਹਨਾਂ ਸ਼ਬਦਾਂ ਨਾਲ ਸਕੂਲ ਸਟਾਫ ਵੱਲੋਂ ਪ੍ਰਿੰਸੀਪਲ ਜਸਪਾਲ ਸਿੰਘ ਨੂੰ ਲੰਮੀ ਉਮਰ ਅਤੇ ਖੁਸ਼ਹਾਲ ਜੀਵਨ ਦੀ ਦੁਆ ਦਿੱਤੀ ਗਈ। ਤੁਸੀਂ ਦੇਖ ਰਹੇ ਹੋ ਪਟਿਆਲਾ ਤੋਂ ਕੁਲਵੰਤ ਸਿੰਘ ਮੋਹਾਲੀ ਦੀ ਰਿਪੋਰਟ। ਮੈਂ ਸੁਖਵਿੰਦਰ ਸਿੰਘ ਚਾਹਲ, ਪ੍ਰਧਾਨ ਗੌਰਮੈਂਟ ਟੀਚਰ ਯੂਨੀਅਨ ਪੰਜਾਬ। ਅੱਜ ਪ੍ਰਿੰਸੀਪਲ ਜਸਪਾਲ ਸਿੰਘ ਜੀ ਦੀ ਰਿਟਾਇਰਮੈਂਟ ਫੰਕਸ਼ਨ ਦੇ ਉੱਤੇ ਪਟਿਆਲੇ ਦੇ ਵਿੱਚ ਅਸੀਂ ਹਾਜ਼ਰ ਹੋਏ ਹਾਂ ਅਤੇ ਪ੍ਰਿੰਸੀਪਲ ਜਸਪਾਲ ਸਿੰਘ ਕੋਈ ਇੱਕ ਸਧਾਰਨ ਅਧਿਆਪਕ ਨਹੀਂ, ਉਹ ਅਧਿਆਪਕ ਆ ਜਿਹਨੇ ਜਿੱਥੇ ਆਪਣੇ ਅਧਿਆਪਨ ਕਿੱਤੇ ਦੇ ਪ੍ਰਤੀ ਬਹੁਤ ਹੀ ਸੁਚੇਤ ਹੋ ਕੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਆ, ਉੱਥੇ ਪ੍ਰਿੰਸੀਪਲ ਜਸਪਾਲ ਸਿੰਘ ਉਹਨਾਂ ਨੂੰ ਸਮਾਜ ਦੇ ਵਿੱਚ ਵਾਪਰ ਰਹੀ ਹਰ ਇੱਕ ਗਤੀਵਿਧੀ ਦਾ ਗਿਆਨ ਆ, ਉਹਦੇ ਆਧਾਰ ਦੇ ਉੱਤੇ ਬਹੁਤ ਵੱਡੀ ਸ਼ਖਸੀਅਤ। ਇਸ ਕਰਕੇ ਆ ਕਿ ਜਦੋਂ ਜਸਪਾਲ ਸਿੰਘ ਉਹਨੇ ਅਧਿਆਪਨ ਕਿੱਤੇ ਦੇ ਵਿੱਚ ਕੰਮ ਕਰਦੇ ਸੀ, ਉਹ ਕੰਮ ਕਰਨ ਦੇ ਦੌਰਾਨ ਇਹਨਾਂ ਨੂੰ ਨੌਕਰੀ ਤੋਂ ਫਰ ਕੀਤਾ ਗਿਆ, ਕਿਉਂਕਿ ਅੱਜ ਦੇ ਹਾਲਾਤ ਦੇ ਮੁਤਾਬਕ 1991 ਤੋਂ ਬਾਅਦ ਜਿਵੇਂ ਜਿਵੇਂ ਸਾਰਾ ਕੁਝ ਵਾਪਰ ਰਿਹਾ ਕਿ ਪਬਲਿਕ ਸੈਕਟਰ ਆ ਜਿਹਨੂੰ ਤੋੜਿਆ ਜਾ ਰਿਹਾ, ਅਤੇ ਉਸ ਸਮੇਂ ਉਹਦੀ ਸ਼ੁਰੂਆਤ ਸੀਗੀ ਜਿਹਦੇ ਆਧਾਰ ਦੇ ਉੱਤੇ 89 ਡੇ ਦੇ ਉੱਤੇ ਕੰਮ ਕਰਦੇ ਅਧਿਆਪਕਾਂ ਨੂੰ ਨੌਕਰੀ ਤੋਂ ਫਰਕ ਕਰ ਦਿੱਤਾ ਗਿਆ ਸੀ, ਜਿਹਦੇ ਵਿੱਚ ਉਹਨਾਂ ਅਧਿਆਪਕਾਂ ਨੇ ਮੇਰੇ ਨਾਲ ਖੜ੍ਹੇ ਆ ਪੁਸ਼ਪਿੰਦਰ ਸਿੰਘ ਉਹਨੀ, ਉਸ ਸਮੇਂ 89 ਡੇ ਅਧਿਆਪਕਾਂ ਦੀ ਜਥੇਬੰਦੀ ਹੈ ਜਿਹੜੀ ਪੰਜਾਬ 'ਚ ਬਣਾਈ। ਜਸਪਾਲ ਸਿੰਘ ਉਹਦੇ ਵਿੱਚੋਂ ਉਹ ਹੀਰਾ ਜਿਨ੍ਹਾਂ ਨੇ ਉਸ ਸਮੇਂ ਦੀ ਬਾਦਲ ਸਰਕਾਰ ਨੂੰ ਮਜਬੂਰ ਕੀਤਾ ਮਰਨ ਵਰਤ 'ਤੇ ਬੈਠ ਕੇ ਕਿ ਜਿਹੜੀਆਂ ਸੇਵਾਵਾਂ ਅਸੀਂ ਜਨਤਕ ਖੇਤਰ ਦੀਆਂ ਸੇਵਾਵਾਂ ਨੂੰ ਮੁੜ ਕੇ ਕਿਵੇਂ ਸੁਰਜੀਤ ਕਰਵਾ ਸਕਦੇ ਹਾਂ। ਉਸ ਸੰਘਰਸ਼ ਦਾ ਯੋਧਾ ਜਸਪਾਲ ਸਿੰਘ ਆ ਜਿਹੜਾ ਅੱਜ ਸਾਡੇ ਕੋਲੋਂ ਸਿੱਖਿਆ ਵਿਭਾਗ 'ਚੋਂ ਭਾਵੇਂ ਵਿਦਾਇਗੀ ਲੈ ਰਿਹਾ, ਪਰ ਇਹ ਸਾਨੂੰ ਅਟੁੱਟ ਵਿਸ਼ਵਾਸ ਆ ਕਿ ਹਕੂਮਤ ਚਾਹੇ ਜਿਹੜੀ ਮਰਜ਼ੀ ਰਾਜਨੀਤਿਕ ਧਿਰ ਦੀ ਹੋਵੇ, ਜਿਹੜੀ ਲੋਕ ਵਿਰੋਧੀ ਹੋਊਗੀ ਉਹਦੇ ਵਿਰੁੱਧ ਜਸਪਾਲ ਸਿੰਘ ਉਨੀ ਹਮੇਸ਼ਾ ਆਪਣਾ ਜਿਹੜਾ ਆਪਣੇ ਪਬਲਿਕ ਸੈਕਟਰ ਨੂੰ ਪੰਜਾਬ ਦੇ ਨੂੰ ਭਾਰਤ ਦੇ ਨੂੰ ਬਚਾਉਣ ਵਾਸਤੇ ਮੋਹਰੀ ਰੋਲ ਅਦਾ ਕਰਨਗੇ। ਮਰਨ ਵਰਤ ਦਾ ਜੀ, ਉਸ ਸਮੇਂ 89 ਡੇ ਦੇ ਉੱਤੇ ਜਿਹੜੇ ਅਧਿਆਪਕ ਕੰਮ ਕਰਦੇ ਸੀ, ਪਹਿਲਾਂ ਰੈਗੂਲਰ ਭਰਤੀ ਹੋਈ, ਫਿਰ ਉਹਨਾਂ ਨੂੰ ਇਹ ਕਹਿ ਕੇ ਕਿ ਇਹ ਜਿਹੜੀ ਰਿਕਰੂਟਮੈਂਟ ਹੈਗੀ ਆ ਇਹ ਵੱਧ ਕੀਤੀ ਗਈ, ਉਹਨਾਂ ਨੂੰ ਫਰਕ ਕਰ ਦਿੱਤਾ। ਫਰਕ ਕਰਨ ਤੋਂ ਬਾਅਦ ਸਾਥੀ ਪੁਸ਼ਪਿੰਦਰ ਸਿੰਘ ਹਰਪਾਲਪੁਰ ਜਿਹੜੇ ਮੇਰੇ ਨਾਲ ਖੜ੍ਹੇ ਆ, ਉਹ ਉਸ ਸਮੇਂ ਜਥੇਬੰਦੀ ਜਿਹੜੀ ਇਹਨਾਂ ਅਧਿਆਪਕਾਂ ਦੀ ਜਥੇਬੰਦੀ ਸੀਗੀ ਉਹਦੇ ਪ੍ਰਧਾਨ ਸੀ, ਅਤੇ ਜਸਪਾਲ ਸਿੰਘ ਜਿਹੜੇ ਮਰਨ ਵਰਤੇ ਸਾਥੀ ਬੈਠੇ ਉਹਨਾਂ 'ਚੋਂ ਇੱਕ ਜਸਪਾਲ ਸਿੰਘ ਸੀਗੇ। ਜਸਪਾਲ ਸਿੰਘ ਨੇ ਇਸ ਗੱਲ ਦੀ ਥੋੜ੍ਹੀ ਗਿਣਤੀ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਸ ਗੱਲ ਦੀ ਪ੍ਰਵਾਹ ਨਾ ਕਰਦੇ ਹੋਏ ਕਿ ਮੇਰੀ ਜਾਨ ਚਲੇ ਜਾਣੀ ਆ, ਜਿੱਥੇ ਆਪਣਾ ਹਿੱਤ ਪਿਆਰਾ ਹੁੰਦਾ ਉੱਥੇ ਨਾਲ ਇਹ ਆ ਕਿ ਇਕੱਲੇ ਆਪਣੇ ਹਿੱਤ ਵਾਸਤੇ ਨਹੀਂ ਕੋਈ ਕੁਰਬਾਨੀ ਕਰਦਾ, ਕੁਰਬਾਨੀ ਲਈ ਬੰਦਾ ਉਦੋਂ ਹੀ ਅੱਗੇ ਆਉਂਦਾ ਜਦੋਂ ਉਹਦੀ ਇਹ ਸਮਝ ਬਣਦੀ ਆ ਕਿ ਇਹਦੇ ਪਿੱਛੇ ਸਰਕਾਰ ਦਾ ਮਨੋਰਥ ਇਕੱਲਾ ਇਹ ਨਹੀਂ ਸੀਗਾ,
ਸਰ ਵੀ ਉਹਨਾਂ ਅਧਿਆਪਕਾਂ ਦੀ ਨੌਕਰੀ ਤੋਂ ਫਰਕ ਕਰਨਾ ਸਰਕਾਰ ਦਾ ਮਨੋਰਥ ਆ ਜੋ ਅੱਜ ਵੀ ਮੌਕੇ ਦੇ ਉੱਤੇ ਆ ਉਸ ਸਮੇਂ ਉਹਨਾਂ ਨੂੰ ਬੇਰੁਜ਼ਗਾਰ ਕਰਕੇ ਉਸ ਭੱਠੀ 'ਚ ਝੋਕ ਕੇ ਜਿਹੜਾ ਪ੍ਰਾਈਵੇਟ ਸੈਕਟਰ ਆ ਉਸ ਵੱਲ ਪੰਜਾਬ ਨੂੰ ਧੱਕਣਾ ਐਜੂਕੇਸ਼ਨ ਨੂੰ ਧੱਕਣਾ ਇਹ ਮਨੋਰਥ ਸੀਗਾ ਜਸਪਾਲ ਸਿੰਘ ਉਹਨਾਂ ਨੇ ਉਸ ਗੱਲ ਨੂੰ ਮੋੜਾ ਦਿੱਤਾ ਹੈ। ਸਾਰੇ ਸਾਥੀ ਮੇਰੇ ਵੱਡੇ ਵੀਰ ਪ੍ਰਿੰਸੀਪਲ ਜਸਪਾਲ ਜੀ ਬਾਰੇ ਬਹੁਤ ਕੁਛ ਬੋਲ ਕੇ ਗਏ ਨੇ, ਚੰਗਾ ਬੋਲ ਕੇ ਗਏ ਨੇ ਵੀ ਇਹਨਾਂ ਦੇ ਵਿੱਚ ਇਹ ਗੁਣ ਨੇ, ਪਰ ਕਿਸੇ ਨੇ ਇਹਨਾਂ ਦੀ ਭੈੜੀ ਗੱਲ ਹੀ ਦੱਸੀ। ਸ਼ਾਇਦ ਮੈਂ ਉਹ ਦੱਸਣ ਜਾ ਰਿਹਾ ਵੀ ਇੱਕ ਵਾਰ ਮੈਂ ਆਪਣੀ ਭਾਬੀ ਜੀ ਕੋਲ ਬੈਠਾ ਤਾਂ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਆਪਣੇ ਵੀਰ ਦੀ ਬਹੁਤ ਤਾਰੀਫ ਕਰਦੇ ਹੋ, ਪਰ ਮੈਨੂੰ ਉਹ ਕਹਿੰਦੇ ਨੇ ਵੀ ਉਹ ਤੁਹਾਨੂੰ ਪਤਾ ਨਹੀਂ। ਮੈਂ ਕਿਹਾ ਦੱਸੋ ਕੀ ਕਹਿੰਦੇ ਨੇ, ਤਾਂ ਉਹ ਗੱਲਾਂ ਮੈਂ ਆਪਣੇ ਵੀਰਾਂ ਨੂੰ ਇਹ ਕਰਨ ਲੱਗਿਆ ਧਿਆਨ ਦੱਸ ਮੇਰੇ ਵਾਰੀ ਚੁੱਕ ਲੈਂਦਾ ਡੰਡਾ ਨੀ ਜੈ ਵੱਡੀ ਦਾ। ਅੱਜ ਦੇ ਮੇਰੀ ਰਿਟਾਇਰਮੈਂਟ ਦੇ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਆਏ ਹੋਏ ਸਭ ਤੋਂ ਪਹਿਲਾਂ ਗੌਰਮੈਂਟ ਟੀਚਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਜੀ, ਰਣਜੀਤ ਸਿੰਘ ਮਾਨ, ਪੁਸ਼ਪਿੰਦਰ ਸਿੰਘ ਹਰਪਾਲਪੁਰ ਅਤੇ ਹੋਰ ਗੌਰਮੈਂਟ ਟੀਚਰ ਯੂਨੀਅਨ ਦੇ ਜਿੰਨੇ ਵੀ ਅਹੁਦੇਦਾਰ ਸਾਹਿਬਾਨ ਇੱਥੇ ਹਾਜ਼ਰ ਨੇ, ਉਸ ਤੋਂ ਬਾਅਦ ਸਾਡੇ ਸੰਘਰਸ਼ ਦੇ ਸਾਥੀ ਮੈਡਮ ਤੇਜਿੰਦਰ ਕੌਰ ਜੀ ਖਾਲਸਾ, ਜਿਹੜੇ ਕਿ ਪਟਨਾ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਬੱਚਿਆਂ ਨੂੰ ਸਿੱਖਿਅਤ ਕਰਨਾ ਉੱਥੇ ਦੇ ਰਹੇ ਨੇ, ਰੀਤੂ ਜੋਸ਼ੀ ਸੰਗਰੂਰ ਤੋਂ ਜਿਨ੍ਹਾਂ ਨੇ ਕਿ ਬਹੁਤ ਘਟਨਾ ਕਰ ਲਈ ਹੈ, ਮੈਡਮ ਰਸ਼ਮ ਪਜਨੀ ਜੀ, ਸ਼੍ਰੀ ਗੁਰਚਰਨ ਸਿੰਘ ਜਿਨ੍ਹਾਂ ਦੀ ਸਿਹਤ ਕਰਕੇ ਉਹ ਇੱਥੇ ਪਹੁੰਚ ਨਹੀਂ ਸਕੇ ਪਰ ਸਾਡੇ ਦਿਲਾਂ ਦੇ ਵਿੱਚ ਉਹ ਹਾਜ਼ਰ ਨੇ। ਇਸ ਤੋਂ ਇਲਾਵਾ